ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਜੱਜਾ ਕਲਾਂ ਦੇ NRI ਵੀਰਾਂ ਵੱਲੋਂ ਵੰਡਿਆ ਲੰਗਰ। ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਬੰਦ ਕੀਤਾ ਗਿਆ। ਇਸ ਬੰਦ ਦੌਰਾਨ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਪਿੰਡ ਜੱਜਾ ਕਲਾਂ ਦੇ NRI ਵੀਰਾਂ ਵੱਲੋਂ ਜਿੱਥੇ ਪਿੰਡ ਵਿੱਚ ਲੰਗਰ ਵਰਤਾਇਆ ਜਾਂਦਾ ਹੈ ਉੱਥੇ ਹੀ ਲੰਗਰ ਤਿਆਰ ਕਰਕੇ ਕੁਰਾਇਨਾ ਸ਼ਹਿਰ ਦੇ ਵੱਖ ਵੱਖ ਥਾਵਾਂ ਤੋਂ ਥਾਣਾ ਮੁਖੀ ਕੇਵਲ ਸਿੰਘ ਦੀ ਅਗਵਾਈ ਹੇਠ ਵਰਤਾਇਆ ਗਿਆ। ਥਾਣਾ ਮੁਖੀ ਕੇਵਲ ਸਿੰਘ ਨੇ ਪਿੰਡ ਦੇ NRI ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹਰਕੀਰਤ ਸਿੰਘ, ਰਜਿੰਦਰ ਕੈਲੇ, ਜਤਿੰਦਰ ਕੈਲੇ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ ਕੈਲੇ, ਗੁਰਵਿੰਦਰ ਸਿੰਘ, ਪ੍ਰਦੀਪ ਸਿੰਘ, ਪਵਨ ਕੈਲੇ, ਹਰਪ੍ਰੀਤ ਸ਼ੇਗਿਲ, ਪ੍ਰਦੀਪ ਕੈਲੇ, UK ਗੌਰਵ ਮਾਲ ਆਦਿ ਮੌਜੂਦ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਆਪਾਂ ਦੇਖ ਰਹੇ ਹਾਂ ਵੀ ਆਪਣੇ ਕੋਰੋਨਾ ਵਾਇਰਸ ਦੇ ਮਹਾਂਮਾਰੀ ਦੀ ਬਿਮਾਰੀ ਜਿਹੜੀ ਆ ਉਹ ਕਾਫੀ ਫੈਲੀ ਕਰਕੇ ਜਾਣੀ ਕਿ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਨੂੰ ਲੰਗਰ ਪ੍ਰੋਪਰ ਜਾਣੀ ਕਿ ਉਹਨਾਂ ਨੂੰ ਘਰਾਂ ਦੇ ਵਿੱਚ ਸਪਲਾਈ ਨਹੀਂ ਪਹੁੰਚ ਰਹੀ। ਸੋ ਇਸ ਕਰਕੇ ਅਸੀਂ ਆਪਣੇ ਯਾਰਾਂ ਦੋਸਤਾਂ ਦੀ ਸਹਾਇਤਾ ਅਤੇ ਆਪਣੇ ਪੋਲੈਂਡ ਦੇ ਵੀਰ ਆਪਣੇ ਰਜਿੰਦਰ ਹੋਣੀ ਉਹਨਾਂ ਦੀ ਸਹਾਇਤਾ ਨਾਲ ਅਤੇ ਉਹਨਾਂ ਦੇ ਟਰੱਸਟ ਮੈਂਬਰ ਜਿਹੜੇ ਉਹਨਾਂ ਦੇ ਅਤੇ ਉਹਨਾਂ ਦੀ ਸਹਾਇਤਾ ਨਾਲ ਅਸੀਂ ਆਪਣੇ ਥੋੜ੍ਹਾ ਜਿਹਾ ਲੰਗਰ ਦਾ ਪ੍ਰੋਗਰਾਮ ਕੀਤਾ ਸੀਗਾ। ਅਤੇ ਅਸੀਂ ਆਪਣੇ ਇਸ ਮਾਲਕ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਇਹ ਮਹਾਂਮਾਰੀ ਜਿਹੜੀ ਆ ਜਲਦ ਤੋਂ ਜਲਦ ਦੂਰ ਹੋਵੇ ਅਤੇ ਆਪਣੇ ਜਿਹੜਾ ਕੰਮ ਆ ਦੁਬਾਰਾ ਚੱਲ ਸਕੇ। ਲੰਗਰ ਕਿੱਥੇ ਲੈ ਕੇ ਗਏ? ਹਾਂਜੀ, ਲੰਗਰ ਕਿਹੜੀ ਜਗ੍ਹਾ? ਲੰਗਰ ਅਸੀਂ ਆਪਣੇ ਗ੍ਰਹਿਆਂ ਦਾਣਾ ਮੰਡੀ ਵਿਖੇ ਲੈ ਕੇ ਆਏ ਹਾਂ। ਅਤੇ ਆਪਣੇ ਇੱਥੇ ਜਿਹੜੇ ਕਾਫੀ ਪਰਿਵਾਰ ਆ ਜਿਹੜੇ ਬੇਰੁਜ਼ਗਾਰ ਆ ਅਸੀਂ ਉਹਨਾਂ ਲਈ ਲੰਗਰ ਆਪਣੇ ਮੁਹੱਈਆ ਕੀਤਾ ਆ। ਅਸੀਂ ਜੱਜਾ ਕਲਾਂ ਵੱਲੋਂ ਆਪਣੇ ਲੰਗਰ ਲੈ ਕੇ ਆਏ ਹਾਂ ਅਤੇ ਆਪਣੇ ਜਿਹੜੇ ਮੇਰੇ ਯਾਰ ਦੋਸਤ ਮੇਰੇ ਭਰਾ ਆਏ ਆ ਨਾਲ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਅਤੇ ਆਪਣੇ ਪ੍ਰੈਸ ਰਿਪੋਰਟਰ ਸਾਹਿਬ ਅਤੇ ਪੰਜਾਬ ਪੁਲਿਸ ਆਪਣੇ ਹਰਬੰਸ ਸਿੰਘ ਗਿੱਲ ਅਤੇ SHO ਸਾਹਿਬ ਕੇਵਲ ਸਿੰਘ ਜੀ ਦਾ ਕੋਟ ਧੰਨਵਾਦ ਕਰਦੇ ਹਾਂ ਤਾਂ ਜੋ ਉਹਨਾਂ ਨੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਆਪਣਾ ਜਿਹੜਾ ਪਰਪਸ ਆ ਪੂਰਾ ਕਰ ਸਕੇ। ਅਦਾਬ, ਸਲਾਮ, ਸਤਿ ਸ਼੍ਰੀ ਅਕਾਲ, ਰਾਧਾ ਸਵਾਮੀ, ਜੈ ਗੁਰਦੇਵ, ਧੰਨ ਗੁਰਦੇਵ। ਅੱਜ ਜਿੱਦਾਂ ਕਿ ਤੁਸੀਂ ਦੇਖਿਆ ਹੀ ਹੋਣਾ ਸਾਰਿਆਂ ਨੇ ਜਿਹੜਾ ਪੈਕਿੰਗ ਫੂਡ ਦਾ ਪ੍ਰੋਗਰਾਮ ਕੀਤਾ ਗਿਆ ਉਹ ਸਾਡੇ ਸਾਡਾ ਪਰਿਵਾਰ ਤੁਲਸੀਦਾਸ ਕੈਲੇ ਵਾਸੀ ਜੱਜਾ ਕਲਾਂ ਔਲ ਫੈਮਿਲੀ ਵੱਲੋਂ ਔਰ ਟੈਂਪਰੇਰੀ ਕਲੋਜ਼ਡ ਕੰਪਨੀ ਕੈਲੇ ਪੀਜ਼ਾ ਟਾਊਨ ਕਰਾਇਆ ਵੱਲੋਂ ਇਹ ਸਕੀਮ ਚਲਾਈ ਗਈ ਜਿਸ ਵਿੱਚ ਪੈਕਿੰਗ ਸਿਸਟਮ ਜਿਹੜਾ ਫੂਡ ਪੈਕ ਕੀਤਾ ਗਿਆ ਅਤੇ ਉਹ ਗਰੀਬਾਂ ਵਿੱਚ ਲੋਕਾਂ ਵਿੱਚ ਵੰਡਿਆ ਗਿਆ। ਸੋ ਇਹ ਮੇਰੀ ਜਿਹੜੀ ਮੈਸੇਜ ਆ ਇਸ ਮੈਸੇਜ ਰਾਹੀਂ ਮੈਂ ਆਪਣੇ NRI ਵੀਰਾਂ ਲਈ ਅਤੇ ਮੈਂ ਆਪਣੇ ਪਿੰਡ ਦੀਆਂ ਆਸ ਪਾਸ ਦੀਆਂ ਸਾਰੇ ਪੰਚਾਇਤਾਂ ਲਈ ਇੱਕ ਮੈਸੇਜ ਕਰਨਾ ਚਾਹੁੰਦਾ ਹਾਂ। ਤੋ ਮੇਰੀ ਇਹ ਬੇਨਤੀ ਆ ਉਹਨਾਂ ਮੇਰੇ NRI ਵੀਰਾਂ ਲਈ ਕਿ ਜਿੱਦਾਂ ਇਹ ਸਕੀਮ ਇੱਕ ਛੋਟਾ ਜਿਹਾ ਪਲੈਨ ਆ ਅਤੇ ਛੋਟਾ ਜਿਹਾ ਪ੍ਰਯਾਸ ਤਾਂ ਉਹਨਾਂ ਗਰੀਬ ਲੋਕਾਂ ਲਈ ਕੀਤਾ ਗਿਆ ਜਿਹੜੇ ਹੈਂਡ ਟੂ ਮਾਊਥ ਆ ਜਿਹੜੇ ਜੋ ਕਮਾਉਂਦੇ ਉਹੀ ਖਾਂਦੇ ਆ ਕਿ ਉਹ ਭੁੱਖੇ ਨਾ ਰਹਿਣ ਇਹ ਬਣਿਆ ਬਣਾਇਆ ਖਾਣਾ ਉਹਨਾਂ ਤੱਕ ਪਹੁੰਚ ਸਕੇ ਜਿਹੜੇ ਜਿਨ੍ਹਾਂ ਨੂੰ ਕਈ ਦਿਨਾਂ ਤੋਂ ਰੋਟੀ ਨਹੀਂ ਮਿਲੀ। ਸੋ ਇਹ ਮੇਰੀ ਅਪੀਲ ਆ, ਮੇਰੀ ਰਿਕੁਐਸਟ ਆ ਇਸ ਮੈਸੇਜ ਰਾਹੀਂ ਸਾਰਿਆਂ ਨੂੰ
ਕਿ ਇਸ ਸਕੀਮ ਰਾਹੀਂ ਆਪਣੇ ਆਪਣੇ ਪਿੰਡਾਂ ਤੋਂ ਇਹ ਸਕੀਮ ਚਲਾਈ ਜਾਵੇ, ਜਿਹੜੇ ਆਸ ਪਾਸ ਦੇ ਭੁੱਖੇ ਜਾਂ ਜਿਹੜੇ ਨੂੰ ਇਸ ਚੀਜ਼ ਦੀ ਲੋੜ ਆ ਉਹਨਾਂ ਨੂੰ ਚੀਜ਼ ਉਹਨਾਂ ਤੱਕ ਇਹ ਚੀਜ਼ਾਂ ਇਹ ਚੀਜ਼ ਜਾਂ ਖਾਣਾ ਜਾਂ ਰਾਸ਼ਨ ਪਹੁੰਚ ਸਕੇ। ਅਤੇ ਤੁਸੀਂ ਇਹ ਕੰਮ ਪੁਲਿਸ ਦੀ ਹੈਲਪ ਨਾਲ, ਆਪਣੇ ਪੁਲਿਸ ਸਟੇਸ਼ਨ ਦੀ ਹੈਲਪ ਨਾਲ ਕਰ ਸਕਦੇ ਹਾਂ। ਅਸੀਂ ਵੀ ਇਹ ਕੰਮ ਪੁਲਿਸ ਦੀ ਹੈਲਪ ਨਾਲ ਹੀ ਕੀਤਾ, ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਨਾਲ ਇਸ ਕੰਮ ਵਿੱਚ ਜੁੜੇ।